ਹੈਲੋ ਜੀ ਸਲਾਮ ਅਲੈਕੁਮ ਕੀ ਹਾਲ ਚਾਲ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਸ ਬੈਂਡ ਕਾਲਰ ਦੀ ਸਟੀਚਿੰਗ ਦੇਖੋਗੇ ਕਟਿੰਗ ਦਾ ਮੈਂ ਪਹਿਲੀ ਵੀ ਟਿਊਟੋਰੀਅਲ ਕਰ ਚੁੱਕੀ ਹਾਂ ਪੰਜਾਬੀ ਵਿੱਚ ਕਰਨ ਦਾ ਅੱਜ ਇਹ ਮਕਸਦ ਹੈ ਕਿ ਤੱਕੇ ਮੈਂ ਤੁਹਾਨੂੰ ਅੱਛੀ ਤਰ੍ਹਾਂ ਸਮਝਾ ਸਕਾਂ ਕਿਉਂਕਿ ਉਰਦੂ ਦੇ ਵਿੱਚ ਮੈਨੂੰ ਲੱਗਦਾ ਮੈਂ ਸਹੀ ਤਰ੍ਹਾਂ ਸਮਝਾ ਨਹੀਂ ਪਾਉਂਦੀ ਤੁਹਾਨੂੰ ਤੇ ਅਗਰ ਇਸ ਪੱਟੀ ਦੀ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਕਮੈਂਟ ਕਰਿਓ ਤੇ ਤੁਹਾਨੂੰ ਮੈਂ ਕਟ ਪੈਨ ਵਾਲੀ ਪੱਟੀ ਦੀ ਬਣਾਉਣਾ ਸਿਖਾ ਦਾਂਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਪਰਫੈਕਟਲੀ ਤੁਸੀਂ ਦਰਜ਼ੀਆਂ ਦੀ ਤਰ੍ਹਾਂ ਕਿਸ ਤਰ੍ਹਾਂ ਬੈਂਡ ਜਿਹੜਾ ਉਹ ਸਲਾਈ ਕਰੋਗੇ ਉਹਦੀਆਂ ਟਿਪਸ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਤੇ ਇੱਥੇ ਤੁਸੀਂ ਕਪੜਾ ਲੈ ਲੈਣਾ ਉਹਦੇ ਉੱਤੇ ਅਸੀਂ ਬੈਂਡ ਜਿਹੜਾ ਉਹ ਰੱਖ ਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਨਾ ਉੱਪਰ ਵਾਲੀ ਸਾਈਡ ਮੇਰੀ ਫੋਲਡ ਵਾਲੀ ਸਾਈਡ ਹੈ ਜਿਹੜੀ ਪੰਦ ਵਾਲੀ ਸਾਈਡ ਹੋਏਗੀ ਡਬਲ ਕਪੜਾ ਹੈ ਤੇ ਨੀਚਲੇ সাইਡ ਮੇਰੀ ਖੁੱਲੇ ਵਾਲੀ সাইਡ ਆ ਕਪੜੇ ਦੀ ਤੇ ਤੁਸੀਂ ਇੱਥੇ ਬੈਨ ਜਦੋਂ ਰੱਖਨੇ ਆ ਇਹਦੀਆਂ ਦੋਨੋਂ ਕਿਨਾਰੇ ਤੁਸੀਂ ਬੰਦ ਵਾਲੀ ਸਾਈਡ ਦੇ ਨਾਲ ਬਿਲਕੁਲ ਮੈਚ ਕਰਕੇ ਰੱਖਣੀ ਹੈ ਇਹਦੇ ਵਿੱਚ ਕੋਈ ਤੁਸੀਂ ਸਪੇਸ ਨਹੀਂ ਦੇਣਾ ਕੋਈ ਕਪੜਾ ਨਹੀਂ ਛੱਡਣਾ ਬਿਲਕੁਲ ਉਹਦੇ ਨਾਲ ਫੋਲਡਿੰਗ ਵਾਲੇ ਹਿੱਸੇ ਦੇ ਨਾਲ ਮੈਚ ਹੋਵੇ ਤੇ ਪਹਿਲਾਂ ਤੁਸੀਂ ਇੱਕ ਬੈਨ ਅੱਛੀ ਤਰ੍ਹਾਂ ਪ੍ਰੈਸ ਕਰਨਾ ਤੇ ਦੂਜਾ ਬੈਨ ਜਿਹੜਾ ਉਹਦੇ ਉੱਤੇ ਰੱਖ ਕੇ ਤੇ ਪ੍ਰੈਸ ਕਰਨਾ ਹੈ ਡਬਲ ਬੈਨ ਮੈਂ ਕਿਉਂ ਲਗਾਨੀ ਹੈ ਕਿਉਂਕਿ ਇਹਦੇ ਨਾਲ ਬੈਨ ਜਿਹੜੇ ਉਹ ਬੜੇ ਫਿਨਿਸ਼ਿੰਗ ਵਾਲੇ ਬੰਦੇ ਨੇ ਖਾਸ ਕਰ ਜੈਂਟਸ ਦੇ ਕੋਲਰ ਹੁੰਦੇ ਨੇ ਉਹ ਟੁੱਟਣਾ ਤੇ ਉਹ ਐਂਡ ਤੱਕ ਕਿਸੇ ਤਰ੍ਹਾਂ ਫਿਨਿਸ਼ਿੰਗ ਤੇ ਰਵੇ ਤੇ ਦੋ ਬੈਂਕ ਕੱਟ ਕੀਤੇ ਜਾਂਦੇ ਨੇ ਬੈਂਕ ਕੱਟ ਕਰਨ ਦੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਪਹਿਲਾਂ ਤੁਸੀਂ ਜਿਹੜਾ ਵੱਡਾ ਪੀਸ ਹੈ ਉਹ ਪਹਿਲਾਂ نیچے ਰੱਖ ਕੇ ਪ੍ਰੈਸ ਕਰਨਾ ਤੇ ਉਹਦੇ ਉੱਤੇ ਤੁਸੀਂ ਜਿਹੜਾ ਛੋਟਾ ਪੀਸ ਹੈ ਉਹਨੂੰ ਰੱਖ ਕੇ ਤੇ ਫਿਰ ਪ੍ਰੈਸ ਕਰਨਾ نیچےੋਂ ਤਕਰੀਬਨ ਥੋੜਾ ਕਪੜਾ ਸਿੱਧਾ ਕਰ ਲੈਣਾ ਤੁਸੀਂ 1 ਇੰਚ ਦਾ فاਸਲਾ ਦੇ ਕੇ ਤੇ ਬਾਕੀ ਦਾ ਕੱਟ ਦੇਣਾ ਫੇ ਬੁਕਰਮ ਨੂੰ ਬਚਾਣਿਆ ਹੋਇਆ ਤੁਸੀਂ ਤਿੰਨ ਜਗ੍ਹਾ ਤੇ ਤਿਰਛੇ ਤਿਰਛੇ ਤਿੰਨ ਕੱਟ ਲਾ ਲੈਣੇ ਨੇ ਇਹਦੇ ਤੇ ਤਾਂ ਕਿ ਅਸੀਂ ਜਦੋਂ ਇਹਨੂੰ ਕੱਪੜੇ ਨੂੰ ਇਹਦੇ ਉੱਤੇ ਪ੍ਰੈਸ ਕਰੀਏ ਤੇ ਸਾਡਾ ਆਸਾਨੀ ਦੇ ਨਾਲ ਇਹ ਫੋਲਟ ਹੋ ਜੂਵੇ ਤੇ ਇਹਦੇ ਵਿੱਚ ਕੋਈ ਵੀ ਕੱਪੜੇ ਚ ਵੱਲਸ਼ਲ ਨਾ ਜਿਹੜੀ ਅਸੀਂ ਇਹਦੇ ਉੱਤੇ ਬੁਕਰਮ ਲਾਣੀ ਹੈ ਉਹਦੇ ਉੱਤੇ ਵੀ ਕੋਈ ਬੱਬਲ ਸ਼ਬਲ ਨਾ ਆਣ ਤੇ ਉਹਦੇ ਵਾਸਤੇ ਤੁਸੀਂ ਪਾਣੀ ਦਾ ਦੇ ਤਸ਼ਾਵਰ ਲਾਜ਼ਮੀ ਕਰਨਾ ਤੇ ਤਸ਼ਾਵਰ ਕਰਕੇ ਤੇ ਤੁਸੀਂ ਕੱਪੜੇ ਦੇ ਉੱਤੇ ਅੱਛੀ ਤਰ੍ਹਾਂ ਪ੍ਰੈਸ ਕਰ ਲੈਣਾ ਅੱਛੀ ਤਰ੍ਹਾਂ ਪ੍ਰੈਸ ਕਰਨ ਤੋਂ ਬਾਅਦ ਹੁਣ ਇਹ ਦੇਤੇ ਲਾਣੀਆਂ ਐ ਅਸੀਂ ਸਿਲਾਈ ਸਿਲਾਈ ਲਾਣ ਤੋਂ ਬਾਅਦ ਫਿਰ ਤੁਸੀਂ ਅੱਧਾ ਇੰਚ ਦਾ ਕਪੜਾ ਛੱਡਦੇ ਹੋਇਆ ਜਿਹੜਾ ਸਿਲਾਈ ਦੇ ਨਾਲ-ਨਾਲ ਆ ਬਾਕੀ ਦਾ ਕਪੜਾ ਤੁਸੀਂ ਕੱਟ ਦੇਣਾ ਤੇ ਸਿਲਾਈ ਤੁਸੀਂ ਸਿੱਧੇ ਪਾਸਿਓਂ ਰੱਖ ਕੇ ਤੇ ਇੱਥੇ ਇੱਕ-ਇੱਕ ਪੈਰ ਦੀ ਸਿਲਾਈ ਲਾਣੀ ਐ ਸਲਾਈ ਕਦੀ ਵੀ ਪੁੱਠੇ ਪਾਸਿਓਂ ਨਹੀਂ ਲਾਣੀ ਕਿਉਂਕਿ ਕੰਮੀ ਇਸ ਤਰ੍ਹਾਂ ਕਰਕੇ ਇਹਦੀ ਫਿਨਿਸ਼ਿੰਗ ਆਊਟ ਹੋ ਜਾਂਦੀ ਏ ਤੁਸੀਂ ਇਹਨੂੰ ਸਿੱਧੇ ਪਾਸਿਓਂ ਪੈਰ ਰੱਖ ਕੇ ਮਸ਼ੀਨ ਦਾ ਤੇ ਫਿਰ ਤੁਸੀਂ ਸਲਾਈ ਲਾਉਣਾ ਸ਼ੁਰੂ ਕਰਨੀ ਹੈ ਤੇ ਇੱਕ ਪੈਰ ਦੀ ਸਲਾਈ ਲਾ ਦੇਣੀ ਹੈ ਤੇ ਐਕਸਟਰਾ ਕਪੜਾ ਕੱਟ ਕਰ ਦੇਣਾ ਹੁਣ ਆ ਗਈ ਜੀ ਇੱਥੋਂ ਇਹਨੂੰ ਸੀਨ ਦੀ ਵਾਰੀ ਤੇ ਤੁਸੀਂ ਬਾਹਰ ਵਾਲੀ ਸਾਈਡ ਤੋਂ ਜਿੱਥੇ ਤੱਕ ਗੁਲਾਈ ਏ ਇੱਥੇ ਤੱਕ ਤੁਸੀਂ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਦੇਣੀ ਫਿਰ ਸਲਾਈ ਤੁਸੀਂ ਬਾਹਰ ਕੱਢ ਦੇਣੀ ਹੈ ਥੋੜੀ ਕਿਉਂਕਿ ਸਾਡੇ ਕੋਲ ਇੱਥੇ ਕਪੜਾ ਨਹੀਂ ਹੋਏਗਾ ਜਿੱਥੇ ਬਿਲਕੁਲ ਜੁੜਿਆ ਹੋਏਗਾ ਇਹ ਅੰਦਰ ਵਾਲੀ ਸਾਈਡ ਤੇ ਆਨੇ ਹੋਇਆ ਤੁਸੀਂ ਇਹ ਬੁਕਰਮ ਤੋਂ ਹਟਾ ਕੇ ਅੱਧਾ ਕਸੂਤ ਜਿੰਨਾ ਯਾਨੀ ਇੱਕ ਲੈਂਥ ਜਿਹੜੀ ਇੰਟੀ ਟੇਪ ਦੇ ਉੱਤੇ ਹੁੰਦੀ ਹੈ ਇੱਕ ਲੈਂਥ ਤੋਂ ਦੂਸਰੀ ਲੈਂਥ ਦਾ ਜਿਹੜਾ فاਸਲਾ ਹੁੰਦਾ ਹੈ ਨਾ ਤੁਸੀਂ ਉਹਦੇ ਤੋਂ ਵੀ ਅੱਧਾ فاਸਲਾ ਦਿਨੇ ਹੋਇਆ فاਸਲਾ ਛੱਡ ਕੇ ਤੇ ਸਲਾਈ ਲਾਣੀ ਤੁਹਾਨੂੰ ਇੱਥੇ ਮੈਂ ਜ਼ੂਮ ਕਰਕੇ ਦਿਖਾ ਦਿੰਦੀ ਆ ਇੱਥੋਂ ਬੁਕਰਮ ਦੀ ਸਲਾਈ ਤੁਸੀਂ ਬਿਲਕੁਲ ਬੁਕਰਮ ਦੇ ਨਾਲ ਜੋੜ ਕੇ ਰੱਖਣੀ ਹੈ ਤਾਂ ਕਿ ਕੋਈ ਕਪੜੇ ਚ ਸਪੇਸ ਨਾ ਆਵੇ ਤਾਂ ਕਿ ਸਾਡਾ ਫਿਨਿਸ਼ਿੰਗ ਦੇ ਨਾਲ ਇੱਥੋਂ ਪਲਟਿਆ ਜਾਵੇ ਤੋ ਮੇਰੇ ਖਾਚ ਕੈਮਰਾ ਸੀ ਤੇ ਦੁੱਧੇ ਹੱਥ ਦੇ ਵਿੱਚ ਪੈਨਸਲ ਸੀ ਤੇ ਮੇਰੇ ਕੋਲ ਧਾਗਾ ਹੀ ਨਹੀਂ ਸੀ ਚੁੱਕਿਆ ਜਾ ਰਿਹਾ ਖੈਰ ਇਹ ਧਾਗਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਹ ਕਪੜੇ ਦੇ ਉੱਤੇ ਇਹਦੀ ਸਿਲਾਈ ਨਹੀਂ ਹੈ ਇਹ ਬਿਲਕੁਲ ਵੈਸੀ ਸਿਲਾਈ ਹੈ ਤੁਸੀਂ ਇਸ ਤਰ੍ਹਾਂ ਹੀ ਕਰਕੇ ਸਿਲਾਈ ਕਰਕੇ ਤੇ ਜਿੱਥੋਂ ਤੁਹਾਨੂੰ ਕਪੜਾ ਮਿਲ ਰਿਹਾ ਤੁਸੀਂ ਉੱਥੋਂ ਸਿਲਾਈ ਦੁਬਾਰਾ ਸਟਾਰਟ ਕਰਨੀ ਹੈ ਤੇ ਬੁਕਰਮ ਦੇ ਨਾਲੋਂ ਤੁਸੀਂ ਥੋੜੀ ਹਟਾ ਕੇ ਸਿਲਾਈ ਲਾਣੀ ਹੈ ਐਸ ਲਈ ਅਸੀਂ ਬੁਕਰਮ ਤੋਂ ਹਟਾ ਕੇ ਐਸਾ ਹਸtelaਈ ਦੀ ਕਿ ਜਿੰਨਾ ਵੀ ਸਾਡਾ ਮਾਰਜਨ ਹੋਏਗਾ ਉਹ ਸਾਰਾ ਬੈਕ ਵਾਲੀ ਸਾਈਡ ਤੇ ਪਲਟ ਜਾਏਗਾ ਆਸਾਨੀ ਦੇ ਨਾਲ ਤੇ ਫਰੰਟ ਤੁਹਾਡਾ ਬਿਲਕੁਲ ਨੀਟ ਕਲੀਨ ਆਏਗਾ ਤੇ ਇਹ ਛੋਟੇ ਛੋਟੇ ਟਿਪਸ ਨੇ ਤੁਸੀਂ ਇਹ ਫਾਲੋ ਕਰਕੇ ਦੇਖਣਾ ਔਰ ਬੈਨ ਇਸ ਤਰੀਕੇ ਨਾਲ ਲਾਣਾ ਜਿਹੜਾ ਮੈਂ ਦੱਸ ਰਹੀ ਹਾਂ ਤੁਹਾਨੂੰ ਫਿਰ ਤੁਸੀਂ ਇਹ ਬਾਹਰ ਵਾਲੀ ਸਾਈਡ ਤੇ ਇੱਥੇ ਵੀ ਦੇਖੋ ਮੈਂ ਧਾਗਾ ਛੱਡਿਆ ਇਹਦੇ ਤੇ ਕਿਉਂਕਿ ਇੱਥੇ ਕਪੜਾ ਨਹੀਂ ਸੀ ਤੇ ਉੱਥੋਂ ਤੁਸੀਂ ਸਲਾਈ ਲਾ ਦੇਣੀ ਇਸ ਤਰੀਈ ਸਲਾਈ ਲਾ ਕੇ ਫਿਰ ਦੁਬਾਰਾ ਕੰਟੀਨਿਊ ਕਰਨੀ ਆ ਅਗਿਓ ਤੇ ਬਿਲਕੁਲ ਬੁਕਰਮ ਦੇ ਨਾਲ ਨਾਲ ਸਲਾਈ ਲਾਣੀ ਇੱਥੇ ਤੁਸੀਂ ਕੋਈ فاਸਲਾ ਨਹੀਂ ਛੱਡਣਾ ਬਾਅਦ ਚ ਫਿਰ ਇਹਦੇ ਵਿੱਚ ਵੀ ਤੁਸੀਂ ਤਿਰਛੇ ਤਿਰਛੇ ਕੱਟ ਲਾ ਲੈਨੇ ਨੇ ਸਲਾਈ ਨੂੰ ਬਚਾਉਂਦਿਆਂ ਹੋਇਆ ਤਕਰੀਬਨ 1/4 ਇੰਚ ਦਾ فاਸਲਾ ਹੋਵੇ ਬੁਕਰਮ ਕੋਲੋਂ ਤਿਰਛੇ ਕੱਟ ਲਾਣ ਤੋਂ ਬਾਅਦ ਇਹਨੂੰ ਵੀ ਅਸੀਂ ਕੱਟ ਦੇਣਾ ਤੇ ਇੱਥੇ ਵੀ ਥੋੜਾ 1/4 ਇੰਚ ਦਾ ਕਪੜਾ ਛੱਡਣਾ ਹੈ ਬਾਕੀ ਅਸੀਂ ਇਹਦੇ ਤੋਂ ਸੈਪਰੇਟ ਕਰ ਦੇਣਾ ਹੁਣ ਜਦੋਂ ਤੁਸੀਂ ਇਹਨੂੰ ਕਪੜੇ ਨੂੰ ਪਲਟਾ ਕੇ ਤੇ ਦੇ ਤੇ ਪ੍ਰੈਸ ਲਾਓਗੇ ਤੇ ਮੈਂ ਕੰਨੀਆ ਬਾਰੇ ਨਿਆਰੇ ਹੋ ਜਾਣੇ ਨੇ ਬੱਲੇ ਬੱਲੇ ਹੋ ਜਾਏਗੀ ਇੱਥੇ ਤੱਕ ਜੀ ਸਾਡਾ ਜਿਹੜਾ ਬੈਂਡ ਹੈ ਉਹ ਤਿਆਰ ਹੋ ਗਿਆ ਹੁਣ ਆ ਗਈ ਹੈ ਅਗਲੀ ਵਾਰੀ ਇਹਨੂੰ ਸਲਾਈ ਕਰਨ ਦੀ ਤੇ ਸਟਿਚ ਕਰਨ ਦੀ ਤੁਸੀਂ ਇਹਨੂੰ ਕੀ ਕਰਨਾ ਹੈ ਕਿ ਚੰਗੀ ਤਰ੍ਹਾਂ ਇਹਨੂੰ ਪ੍ਰੈਸ ਕਰਕੇ ਕਪੜੇ ਨੂੰ ਬਰਾਬਰ ਕਰ ਲੈਣਾ ਹੈ ਥੋੜਾ ਖਿੱਚ ਕੇ ਪ੍ਰੈਸ ਕਰਿਓ ਤਾਂ ਕਿ ਵੱਲਸ਼ਾਲੇ ਦੇ ਸਾਰੇ ਨਿਕਲ ਜਾਣ ਫਿਰ نیچے ਮਾਰਜਨ ਛੱਡਦੇ ਹਾਂ 1/4 ਇੰਚ ਦਾ ਤੇ ਉਹਨੂੰ ਅੱਛੀ ਤਰ੍ਹਾਂ ਤੁਸੀਂ ਬਾਕੀ ਦਾ ਕਪੜਾ ਅਲੱਗ ਕਰ ਦੇਣਾ ਇੱਥੇ ਤੁਸੀਂ ਦੇਖ ਸਕਦੇ ਹੋ ਸਲਾਈ ਮੈਂ ਜਿੰਨਾ ਜ਼ੂਮ ਕਰ ਰਹੀ ਸੀ ਉਹਨੇ ਹੀ ਇੱਥੇ ਬਲਰ ਹੁੰਦੀ ਜਾ ਰਹੀ ਸੀ ਪਤਾ ਨਹੀਂ ਕੀ ਹੋ ਗਿਆ ਇਹਨੂੰ ਖੈਰ ਤੇ ਤੁਸੀਂ نیچے ਥੋੜਾ ਕਪੜਾ ਛੱਡ ਕੇ ਤੇ ਬਾਕੀ ਦੀ ਕਟਿੰਗ ਕਰ ਲੈਣੀ ਹੈ ਫਿਰ ਦੁਬਾਰਾ ਉਹ ਤਾਂ ਤੁਸੀਂ ਉਹਨੂੰ ਦੇਖਣਾ ਵੀ ਹੈ ਕਿ ਤੁਸੀਂ ਜਿਹੜਾ ਮਾਰਜਨ ਇੱਥੋਂ ਕੱਟ ਕੀਤਾ ਹੈ ਉਹ ਥੋੜਾ ਬਰਾਬਰ ਵੀ ਹੈ ਕਿ ਨਹੀਂ ਤੇ ਇਹਨੂੰ ਤੁਸੀਂ ਇੱਕ ਬੈਨ ਨੂੰ ਜਿਸ ਤਰ੍ਹਾਂ ਅਸੀਂ ਡਬਲ ਕਰੀਦਾ ਸਾਰੇ ਉੱਪਰ ਵਾਲੀ ਸਾਈਡ ਤੋਂ ਦੋਨੋਂ ਸਾਈਡਾਂ ਬਰਾਬਰ ਹੋਣ ਤੇ ਫਿਰ ਤੁਸੀਂ ਦੇਖਣਾ ਕਿ ਜਿਹੜਾ ਨੀਚੇ ਵਾਲਾ ਸੀ ਕੋਈ ਮਾਰਜਿਨ ਛੱਡਿਆ ਹੋ ਬਰਾਬਰ ਹੈ ਤੇ ਠੀਕ ਹੈ ਅਗਰ ਕੋਈ ਘਟ ਵੱਧ ਲੱਗ ਰਿਹਾ ਤੇ ਤੁਸੀਂ ਉਹਨੂੰ ਦੋਵਾਂ ਨੂੰ ਬਰਾਬਰ ਕਰ ਲੈਣਾ ਸਿਰੇ ਨੂੰ ਹੁਣ ਜਦੋਂ ਅਸੀਂ ਸਲਾਈ ਮਸ਼ੀਨ ਤੇ ਆ ਗਏ ਤਾਂ ਸਲਾਈ ਜਦੋਂ ਤੁਸੀਂ ਸਟਾਰਟ ਕਰਨੀ ਹੈ ਤੇ ਪਿੱਛੇ ਲੰਬਾ ਜਿਹਾ ਸਾਰਾ ਪਹਿਲਾਂ ਧਾਗਾ ਛੱਡਣਾ ਹੈ ਤੁਸੀਂ ਧਾਗਾ ਛੱਡ ਕੇ ਤੇ ਫਿਰ ਸਲਾਈ ਸ਼ੁਰੂ ਕਰਨੀ ਹੁਣ ਇੱਥੇ ਤੁਸੀਂ ਬੈਨ ਕਮੀਜ਼ ਦੇ ਉੱਤੇ ਰੱਖਣਾ ਕਿਉਂਕਿ ਕਮੀਜ਼ ਦੀ ਬੈਨ ਜਿਹੜਾ ਹੁੰਦਾ ਉਹ ਅੰਦਰ ਵਾਲੀ ਸਾਈਡ ਤੋਂ ਲੱਗਦਾ ਹੈ ਪੁੱਠੀ ਸਾਈਡ ਤੋਂ ਜਿਹੜਾ ਪਲਟ ਕੇ ਸਾਡਾ ਸਿੱਧੀ ਵਾਲੀ ਸਾਈਡ ਤੇ ਜਾਂਦਾ ਤੇ ਤੁਸੀਂ ਪੱਟੀ ਦੇ ਨਾਲੋਂ ਇਹਨੂੰ ਥੋੜਾ ਸਾਰਾ ਤਿਰਛਾ ਕਰਦਿਆਂ ਹੋਇਆ ਰੱਖਣਾ ਔਰ ਇੱਥੇ ਜਦੋਂ ਤੁਸੀਂ ਸਿਲਾਈ ਲਾਣੀ ਹੈ ਤੇ ਇੱਥੇ ਅਸੀਂ ਜਿੱਦਾਂ ਨਾਰਮਲੀ ਅਸੀਂ ਸਿਲਾਈ ਕਰਦੇ ਹਾਂ ਪੱਕਾ ਕਰਦੇ ਹਾਂ ਤੁਸੀਂ ਇੱਥੇ ਪੱਕਾ ਨਹੀਂ ਕਰਨਾ ਲੰਬਾ ਧਾਗਾ ਛੱਡਣਾ ਲੰਬਾ ਤਾਗਾ ਛੱਡ ਕੇ ਤੇ ਤੁਸੀਂ ਨਾਰਮਲੀ ਜਿੱਦਾਂ ਸਲਾਈ ਲਗਾਉਂਦੇ ਹੋ ਨਾਰ ਸਲਾਈ ਲਾ ਕੇ ਤੇ ਤੁਸੀਂ ਬੈਨ ਉਹਦੇ ਤੇ ਫਿਕਸ ਕਰ ਲੈਣਾ ਸੈਂਟਰ ਨੂੰ ਸੈਂਟਰ ਕੱਟਣਾ ਮਿਲਾਉਂਦੇ ਹੋਏ ਦੋਨਾਂ ਸਾਈਡਾਂ ਤੇ ਤੁਸੀਂ ਜਿਹੜੇ ਲੰਬੇ ਤਾਗੇ ਛੱਡੇ ਹੋਏ ਹੋਣਗੇ ਉਹਨਾਂ ਨੂੰ ਤੁਸੀਂ ਦੋ ਦੋ ਗੱਠਾਂ ਮਾਰ ਲੈਣੀਆਂ ਨੇ ਦੋਨਾਂ ਸਾਈਡਾਂ ਤੇ ਇਹਦੇ ਨਾਲ ਐ ਸਲਾਈ ਖੁੱਲੇਗੀ ਨਹੀਂ ਤੇ ਤੁਹਾਡੀ ਐਂਡ ਤੱਕ ਕਪੜਾ ਜਿੰਨਾ ਮਰਜ਼ੀ ਤੋਂ ਫੱਟ ਵੀ ਜਾਏਗਾ ਤੁਹਾਡੀ ਪਰ ਬੈਨ ਦੀ ਸਲਾਈ ਨਹੀਂ ਖੁੱਲੇਗੀ ਸਲਾਈਆਂ ਲਾ ਕੇ ਤੇ ਤੁਸੀਂ ਅੱਧਾ ਇੰਚ ਦਾ ਤਕਰੀਬਨ ਦੋਨਾਂ ਸਾਈਡਾਂ ਤੇ ਤਾਗਾ ਛੱਡਦੇ ਆ ਹੋਏ ਆ ਤੇ ਤੁਸੀਂ ਬਾਕੀ ਦਾ ਧਾਗਾ ਇਹਦੇ ਤੋਂ ਕੱਟ ਕਰ ਦੇਣਾ ਸਿਲਾਈ ਅਸੀਂ ਹੁਣ ਜਦੋਂ ਉੱਪਰ ਫਿਨਿਸ਼ਿੰਗ ਵਾਲੀ ਲਾਣੀ ਆ ਤੇ ਇਹ ਤੁਸੀਂ ਜਿਹੜੀ ਤੇਰੇ ਵਾਲੀ ਸਿਲਾਈ ਹੁੰਦੀ ਹੈ ਇਹਦੇ ਉੱਤੇ ਤੁਸੀਂ ਲਾਣੀ ਸ਼ੁਰੂ ਕਰਨੀ ਹੈ ਇਹਦੇ ਉੱਤੇ ਤੁਸੀਂ ਲੱਬ ਦੀ ਸਿਲਾਈ ਲਾਣੀ ਹੈ ਇੱਥੇ ਜਦੋਂ ਤੁਸੀਂ ਸਿਰੇ ਤੇ ਆ ਜਾਣਾ ਜਿਹੜਾ ਧਾਗਾ ਸੀ ਕੱਟਿਆ ਹੋਏਗਾ ਤੁਸੀਂ ਇਹਦੇ ਅੰਦਰ ਪੇਚ ਕੱਸਦੇ ਨਾਲ ਕਰ ਦੇਣਾ ਤਾਂ ਕਿ ਉਹ ਹਾਈਡ ਹੋ ਜੂਵੇ ਉਹਨੂੰ ਕਟਣਾ ਵੜਨਾ ਨਹੀਂ ਹੈ ਤੇ ਉਪਰੋਂ ਫਿਰ ਤੁਸੀਂ ਟਾਪ ਦੀ ਸਟਿਚ ਲਾ ਦੇਣੀ ਹੈ ਤੇ ਉਹਨੂੰ ਉੱਥੇ ਆ ਕੇ ਤੁਸੀਂ ਤੇਰੇ ਵਾਲੀ ਸਲਾਈ ਤੇ ਆ ਕੇ ਤੇ ਮੋਕਾ ਦੇਣਾ ਜਿਹੜੇ ਫਤਾਗੇ ਉਹਨਾਂ ਨੂੰ ਬੈਕ ਸਾਈਡ ਤੇ ਕੱਢ ਕੇ ਉੱਥੇ ਵੀ ਤੁਸੀਂ ਦੋ ਗੱਠਾ ਮਾਰਨੀਆਂ ਨੇ ਤਾਂ ਕਿ ਉਹ ਸਲਾਈ ਮਜ਼ਬੂਤ ਹੋ ਜੁਵੇ ਤੇ ਮੈਂ ਉਮੀਦ ਕਰਦੀ ਹਾਂ ਅੱਜ ਦਾ ਵੀਡੀਓ ਤੁਹਾਨੂੰ ਚੰਗਾ ਲੱਗਾ ਹੋਵੇਗਾ ਤੇ ਆਪਣਾ ਤੇ ਆਪਣੇ ਰਿਸ਼ਤਿਆਂ ਦਾ ਬਹੁਤ ਸਾਰਾ ਖਿਆਲ ਰੱਖਿਓ ਹੱਸਦੇ ਰੋਦੇ ਰੋ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਖਾਲਾਫਿਜ਼